अमृतसर का एक ऐसा मामला सामने आया है जिसको देखकर आपके होश उड़ने वाले हैं। जहां अमृतसर के अनगढ़ में 80 साल की बुजुर्ग महिला जिसका नाम तलबीर कौर है अपने घर में अकेली थी और एक युवक द्वारा गला दबाकर उसकी हत्या कर दी गई। इलाका निवासियों के अनुसार जब उन्होंने चीखें सुनी तो वह अंदर गए तो देखा कि युवक उनके पास बैठा था और तलबीर कौर के कपड़े भी उसके शरीर पर नहीं थे, बस गले में एक दुपट्टा था जिससे उसकी हत्या की गई। मौके पर पहुंची पुलिस ने युवक को कब्जे में ले लिया है और आगे की जांच शुरू कर दी है। अमृतसर से सनी सहोता की रिपोर्ट। मसला के सब्जी इतने कट के अंदर आई तो लोफर आ गया है, लोफर आ गया है और की पता ने की मारिया की कीता है, तो गल कुटिया है, गल कुटिया ते अही भज गया। ओ साडी भैण है सामने, ओने सानू आवाज मारी आंदी पापी दवा दवे आ जा, छेती छेती आ जा अंदर, पता नहीं बंदा केड़ा वड़िया। ओ भज के इन्ना वाल चले गया, ए नौ ससे आईया ने इन्हां कपड़े पाए बीबी साडी नु, ਉਹਨੇ ਕੱਪੜੇ ਪਾਏ ਆ, ਮੁੜ ਕੇ ਮੁਲਖ ਇਕੱਠਾ ਹੋ ਗਿਆ, ਤੂੰ ਸੁਣ ਮੈਂ ਸੁਣ, ਮੁੜ ਕੇ ਪੁਲਿਸ ਆ ਗਈ। ਤੁਸੀਂ ਸਾਡੇ ਭਰਾ ਜੇ, ਤੁਹਾਡੇ ਅੱਗੇ ਪੜਦਾ ਕਾਹਦਾ ਆ, ਕੱਪੜੇ ਲੱਥੇ। ਜਦੋਂ ਪੁਲਿਸ ਨੂੰ ਤਲਾਹ ਮਿਲੀ ਹੈ ਇੱਥੇ ਕੋਈ ਨਾਮਲੂ ਵਿਅਕਤੀ ਸੀ ਪਹਿਲਾਂ ਉਹਨਾਂ ਦੇ ਘਰ ਕੋਈ ਗਿਆ ਆ ਅਤੇ ਉਹ ਮਾਤਾ ਜੀ ਘਰ ਇਕੱਲੇ ਸੀ ਅਤੇ ਉਹਨਾਂ ਦੀ ਆਪਸ ਵਿੱਚ ਚੀਕਦੇ ਉਹ ਵੜਿਆ ਅਤੇ ਉਹਨਾਂ ਦੀ ਕੋਈ ਹੋਈ ਆ ਅਤੇ ਉਹਦੇ ਦੌਰਾਨ ਜਿਹੜੀ ਆ ਜਿਹੜਾ ਬੰਦੇ ਨੂੰ ਜਿਹੜਾ ਉਹਨਾਂ ਦੇ ਆਪਸ 'ਚ ਜਿਹੜੀ ਫੋਨ ਕਰਕੇ ਅਤੇ ਉਹਨਾਂ ਮਤਲਬ ਜਿਹੜੀ ਆ ਪੁਲਿਸ ਨੂੰ ਤਲਾਹ ਮਿਲੀ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਸੀ ਅਤੇ ਉਹ ਜਿਹੜੀ ਡੈੱਡ ਬੋਡੀ ਨੂੰ ਕਬਜ਼ਾ ਪੁਲਿਸ 'ਚ ਲੈ ਕੇ ਕਾਰਵਾਈ ਅਮਲ 'ਚ ਲਿਆਤੀ ਗਈ ਆ ਅਤੇ ਅੱਗੇ ਤਫਤੀਸ਼ ਜਿਹੜੀ ਆ ਉੱਥੇ ਉਮਰ ਮਾਤਾ ਦੀ ਜਿਹੜੀ ਆ ਮਾਤਾ ਦਲਬੀਰ ਕੌਰ ਦੀ ਵਾਈਫ ਅਜੀਤ ਸਿੰਘ ਵਾਸੀ ਗਲੀ ਨੰਬਰ 2 ਅਨਗੜ੍ਹ, ਇਹਨਾਂ ਦੀ ਉਮਰ ਕਰੀਬ 80 ਕੁ ਸਾਲ ਦੀ ਆ। ਰੇਪ ਕਰਨ ਵਾਲੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਜੀ, ਇਹ ਤਾਂ ਮੈਡੀਕਲ ਕਰਵਾਉਣ ਤੋਂ ਬਾਅਦ ਪੋਸਟਮਾਰਟਮ ਦੇ ਨਾਲ ਨਾਲ ਮੈਡੀਕਲ ਕਰਵਾਇਆ ਜਾਵੇਗਾ, ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਏਗੀ ਪੁਸ਼ਟੀ ਹੋਏਗੀ ਉਹਦੇ ਜੈਸੀ ਸੂਰਤ ਹੋਈ ਜੈਸੀ ਕਾਰਵਾਈ ਨਹੀਂ ਇਹੋ ਜਿਹੀ। ਅਤੇ ਮੌਕੇ 'ਤੇ ਜਦੋਂ ਅਸੀਂ ਗਏ ਹਾਂ ਇਹੋ ਜਿਹੀ ਕੋਈ ਵੀ ਗੱਲ ਨਹੀਂ ਸੀ ਹੈਗੀ ਜੀ। ਹਾਂਜੀ ਆਰੋਪੀ ਗ੍ਰਿਫਤਾਰ ਹੋ ਗਿਆ, ਦੇਖੋ ਜੀ ਇਹਦੇ ਆਰੋਪੀ ਜਿਹੜਾ ਹੈਗਾ ਸੀ ਉਹ ਗ੍ਰਿਫਤਾਰ ਹੋ ਗਿਆ ਨਹੀਂ ਹੋ ਗਿਆ, ਦੇਖੋ ਜੀ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਜੀ।